ਸਤਿ ਸ਼੍ਰੀ ਅਕਾਲ ਜਗਬਾਣੀ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅਤੇ ਮੈਂ ਹਾਂ ਆਦਰਸ਼ ਜੋਸਨ। ਅਸੀਂ ਅੱਜ ਜਲਾਲਾਬਾਦ ਬੱਸ ਸਟੈਂਡ 'ਤੇ ਮੌਜੂਦ ਹਾਂ, ਜਿੱਥੇ ਅਗਰਵਾਲ ਕਲੋਨੀ ਦੇ ਸੀਵਰੇਜ ਸਿਸਟਮ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਬੜੀ ਜ਼ਿਆਦਾ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਸੀਵਰੇਜ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ। ਅੱਜ ਕਿਸਾਨ ਜਥੇਬੰਦੀਆਂ ਨੇ ਰਲ ਕੇ ਜਲਾਲਾਬਾਦ ਬੱਸ ਸਟੈਂਡ 'ਤੇ ਜਾਮ ਕੀਤਾ ਹੋਇਆ ਤਾਂ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਉਹਨਾਂ ਦਾ ਕਾਫੀ ਸਮੇਂ ਤੋਂ ਇਹ ਬੜਾ ਜ਼ਿਆਦਾ ਮਾੜਾ ਹਾਲ ਹੈ ਸੀਵਰੇਜ ਦਾ। ਉਹ ਕਹਿੰਦੇ ਸਾਡੀ ਅਜੇ ਤੱਕ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਕਿਸੇ ਉੱਚ ਅਧਿਕਾਰੀ ਨੇ ਕੋਈ ਵੀ ਸਾਡੇ ਮਸਲੇ ਹੱਲ ਕਰਨ ਦੀ ਅਜੇ ਤੱਕ ਕੋਈ ਗੱਲ ਨਹੀਂ ਕੀਤੀ। ਤਾਂ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਤਾਂ ਸਾਡੇ ਨਾਲ ਕਿਸਾਨ ਆਗੂ ਦੇ ਜਥੇਬੰਦੀਆਂ ਦੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਜੀ ਪ੍ਰਧਾਨ ਜੀ, ਕੀ ਮਸਲਾ ਹੋ ਗਿਆ? ਮਸਲਾ ਨਗਰ ਕੌਂਸਲ ਜਲਾਲਾਬਾਦ ਦਾ, ਜਲਾਲਾਬਾਦ ਦਾ ਬੜਾ ਬੁਰਾ ਹਾਲ ਹੈ। ਘਰ ਘਰ ਦੇ ਵਿੱਚ ਪਾਣੀ ਇੰਨਾ ਕਰਾਂ ਚੁੱਲ੍ਹਾ ਤੱਕ ਵੜ ਗਿਆ। ਸਾਡੇ ਸਾਥੀਆਂ ਨੂੰ ਲਗਭਗ 2 ਮਹੀਨਿਆਂ ਤੋਂ ਬੇਨਤੀ ਕਰ ਰਹੀ ਨਗਰ ਕੌਂਸਲ ਨੂੰ ਵੀ ਸਾਡਾ ਜਿਹੜਾ ਇਸ ਘਰਾਂ 'ਚ ਪਾਣੀ ਵੜ ਗਿਆ, ਸੜਕਾਂ 'ਤੇ ਪਾਣੀ ਰੁਕ ਗਿਆ, ਇਹਦਾ ਹੱਲ ਕੀਤਾ ਜਾਵੇ। ਪਰ ਜਿਹੜੀ ਨਗਰ ਕੌਂਸਲ ਦੇ ਕੰਨ 'ਤੇ ਜੂਣ ਹੀ ਸਰਕੀ, ਉਸ ਦੇ ਬਾਅਦ ਅਸੀਂ ਪ੍ਰੋਗਰਾਮ ਬਣਾਇਆ ਸੀ ਵੀ ਅਸੀਂ ਨਗਰ ਕੌਂਸਲ ਜਿਹੜਾ ਦਫ਼ਤਰ ਹੈ ਉਹਦੇ ਜਾ ਕੇ ਉੱਥੇ ਈਓ ਨੂੰ ਕਹਾਂਗੇ ਵੀ ਆ ਕੇ ਸਾਡੀ ਗੱਲ ਸੁਣੇ, ਸਾਨੂੰ ਆਸ਼ਵਾਸਨ ਦੇਵੇ ਵੀ ਇੰਨੇ ਦਿਨਾਂ ਨੂੰ ਅਸੀਂ ਮਸਲਾ ਹੱਲ ਕਰ ਦਿਆਂਗੇ। ਅਤੇ ਬਿਲਕੁਲ ਪ੍ਰਸ਼ਾਸਨ ਦੇ ਕੰਨ 'ਚ ਜੂਣ ਹੀ ਸਰਕੀ, ਮਜਬੂਰਨ ਸਾਨੂੰ ਜਿਹੜਾ ਹੈ ਨਾ ਉੱਥੋਂ ਅੰਦਰੋਂ ਨਹੀਂ ਨਿਕਲਿਆ ਪ੍ਰਸ਼ਾਸਨ, ਮਜਬੂਰਨ ਆ ਕੇ ਸਾਨੂੰ ਰੋਡ ਜਾਮ ਕਰਨਾ ਪਿਆ। ਔਰ ਇਹ ਰੋਡ ਜਾਮ ਉਨੀ ਦੇਰ ਤੱਕ ਰਹੇਗਾ ਜਿੰਨੀ ਦੇਰ ਤੱਕ ਪ੍ਰਸ਼ਾਸਨ ਸਾਨੂੰ ਆ ਕੇ ਆਸ਼ਵਾਸਨ ਨਹੀਂ ਦਿੰਦਾ ਵੀ ਇੰਨੇ ਦਿਨਾਂ ਤੱਕ ਤੁਹਾਡਾ ਜਿਹੜਾ ਹੈ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ। ਮਾੜਾ ਦਿੱਤਾ ਸੀਗਾ ਨੋਟਿਸ ਵੀ ਅਸੀਂ ਆਹ ਕੰਮ ਕਰਾਂਗੇ। ਸਵੇਰੇ ਤੜਕੇ 4-5 ਵਜੇ ਬੰਦੇ ਗਏ ਆ, ਮਾੜਾ ਜਿਹਾ ਪਾਣੀ ਸਾਫ਼ ਕਰ ਰਹੇ ਹੈ ਕਿਉਂਕਿ ਇੱਕ ਵਾਰੀ ਅੱਖ ਰੱਖਣੀ ਕਰਦੀ ਗਏ ਅੱਜ ਤੜਕੇ ਮਾੜਾ ਮੋਟਾ ਕਰ ਰਿਹਾ। 10:30 ਵਜੇ ਨੂੰ ਹੁਣੇ ਚਲੇ ਜਾਵੇ ਕਮੇਟੀ ਦੇ ਮੈਂਬਰ, ਕੋਈ ਚੱਲੇ ਪਾਣੀ ਫਿਰ ਬਾਹਰ ਹੈ। ਬਸ ਇਹ ਫਾਰਮੈਲਿਟੀ ਹੈ, ਏਸੀ ਤੋਂ ਬਾਹਰ ਨਹੀਂ ਆਉਂਦੇ, ਹੁਣ ਸਵੇਰ ਦੇ ਖੜੇ ਆ, ਕੋਈ ਬੰਦਾ ਬਾਹਰ ਨਹੀਂ ਆਇਆ। ਦੱਸੋ ਕੀ ਕਰਾਂਗੇ? ਦੱਸੋ ਇਹ 4-5 ਸਾਲਾਂ ਕੀ ਪ੍ਰਸ਼ਾਸਨ ਹੈ? 4-5 ਸਾਲਾਂ ਤੋਂ ਸਮੱਸਿਆ ਹੈ। ਇੱਥੇ ਹਰਕ੍ਰਿਸ਼ਨ ਨੂੰ ਅਸੀਂ ਐਮਸੀ ਵੀ ਬਣਾਇਆ ਵੀ ਸ਼ਾਇਦ ਸਾਡੀ ਅਗਰਲ ਕਲੋਨੀ ਦਾ ਸੁਧਾਰ ਕਰੂਗਾ। ਵਾਰਡ ਵੀ ਪ੍ਰਧਾਨ ਦੀ ਹੈ, ਘਰੇ ਅਸੀਂ ਗਏ ਸਾਡੇ ਮਗਰ ਕੁੱਤੇ ਲਾ ਦਿੱਤੇ ਗਏ, ਠੀਕ ਹੈ ਨਾ। ਅਤੇ ਬੱਚਿਆਂ ਨੂੰ ਇੰਨੀਆਂ ਕੁ ਬਿਮਾਰੀਆਂ ਫੈਲ ਰਹੀਆਂ ਨੇ ਸਾਡੀ ਅਗਰਲ ਕਲੋਨੀ ਦੇ ਵਿੱਚੋਂ, ਤੁਹਾਨੂੰ ਦੱਸ ਨਹੀਂ ਸਕਦੇ। ਅਸੀਂ ਬਹੁਤ ਪਰੇਸ਼ਾਨ ਹਾਂ, ਇਸ ਚੀਜ਼ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਸਾਡੀ ਗਲੀ ਦੇ ਵਿੱਚ ਕੋਈ ਨਾ ਕੋਈ ਲੰਗੜੇ ਲੁੱਲੇ ਬੱਚੇ ਹੀ ਪੈਦਾ ਹੋਣਗੇ। ਇੰਨੀ ਬਦਬੂ ਹੈ, ਖਲੋ ਨਹੀਂ ਸਕਦਾ। ਅਗਰਵਾਲ ਕਲੋਨੀ ਇੱਕ ਬਹੁਤ ਹੀ ਪੀਸਫੁਲ ਕਲੋਨੀ ਹੈ, ਬੜੀ ਵਧੀਆ ਕਲੋਨੀ ਹੈ, ਟੋਪ ਦੀ ਕਲੋਨੀ ਗਿਣੀ ਜਾਂਦੀ ਹੈ। ਪਰ ਅੱਜ ਦੇ ਹਾਲਾਤ ਐਡੇ ਮਾੜੇ ਹੋ ਗਏ ਨੇ, ਇੰਝ ਲੱਗਦਾ ਜਿਵੇਂ ਨਾ ਸਭ ਤੋਂ ਫਲੋਪ ਕਲੋਨੀ ਹੈ, ਪਿਛੜਾ ਏਰੀਆ ਜਿਵੇਂ ਲੱਗਦਾ ਪਿਆ ਸਾਨੂੰ ਵੀ। 2-2.5 ਸਾਲਾਂ ਦੇ ਐਡੇ ਹਾਲਾਤ ਮਾੜੇ ਹੋ ਗਏ ਨੇ, ਸੀਵਰੇਜ ਦਾ ਜਿਹੜਾ ਸਿਸਟਮ ਹੈ ਇੰਨਾ ਖਰਾਬ ਹੋ ਚੁੱਕਿਆ, ਸਾਰੀਆਂ ਗਲੀਆਂ ਜਿਹੜੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਨੇ। ਅਤੇ ਇਹਦੇ ਪਿੱਛੇ ਅਸੀਂ ਬੜੀ ਵਾਰੀ ਉੱਚ ਅਧਿਕਾਰੀਆਂ ਨੂੰ, ਪ੍ਰਸ਼ਾਸਨ ਨੂੰ ਕਹਿ ਚੁੱਕੇ ਆਪਾਂ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਪਤਾ ਨਹੀਂ ਕੀ ਚੱਕਰ ਹੈ, ਕਿਉਂ ਨਹੀਂ ਕਰ ਰਹੇ, ਕਿੱਡਾ ਕੁ ਵੱਡਾ ਮਸਲਾ ਹੈ ਗਾਰ ਕੱਢਣ ਦਾ। ਵੱਧ ਤੋਂ 50,000 ਲੱਖ ਦੀ ਖੇਡ ਨਹੀਂ ਹੈਗੀ, ਕੀ ਗੱਲ ਮਿਊਂਸੀਪਲ ਕਮੇਟੀ ਕੋਲ ਇੰਨੇ ਪੈਸੇ ਨਹੀਂ ਹੈਗੇ।